ਕਿਹੀ ਰੇਟ ਚੱਲਦਾ ਹੁੰਦਾ ਮੈਨੂੰ ਤਾਂ ਪਤਾ ਵੀ ਨਹੀਂ। ਹਾਂਜੀ ਗਾਇਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਉਮੀਦ ਹੈ ਸਾਰਿਆਂ ਨੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਸਵਾਗਤ ਜੀ ਤੁਹਾਡਾ ਸਾਡੇ ਇੱਕ ਨਈ ਵੀਡੀਓ ਦੇ ਵਿੱਚ। ਤੇ ਗਾਇਸ ਟਾਈਮ ਹੋ ਗਿਆ ਜੀ ਸਵੇਰ ਦਾ, 11:30 ਹੋ ਚੁੱਕੇ ਨੇ, ਵੈਸੇ ਵੱਧ ਹੋ ਗਏ ਨੇ 10 ਮਿੰਟ, ਤੇ 12:45 ਹੋ ਚੁੱਕੇ ਨੇ। ਤੇ ਅੱਜ ਰਾਖੀ ਨੇ ਕੀਤੀ ਹੈ ਫਰਮਾਇਸ਼, ਰਾਖੀ ਕਹਿੰਦੀ ਜੀ ਅੱਜ ਆਪਾਂ ਬਣਾਈਏ ਕੜੀ, ਤੇ ਹੁਣ ਮੈਂ ਲੈਣ ਚੱਲਿਆ ਲੱਸੀ ਲੈਣ ਵਾਸਤੇ, ਤੇ ਲੱਸੀ ਲੈ ਕੇ ਆਉਂਦੇ ਹਾਂ ਫਿਰ ਬਣਾਵਾਂਗੇ ਕੜੀ, ਤੇ ਨਾਲੇ ਜਿਹੜੇ ਆਪਾਂ ਚਾਵਲ ਲੈ ਕੇ ਆਉਂਦੇ ਡੀ ਵਾਰਡ ਦੇ ਵਿੱਚੋਂ ਕੱਲ੍ਹ, ਨਾਲੇ ਉਹ ਚੈੱਕ ਕਰਾਂਗੇ ਕਿਹੋ ਜਿਹੇ ਆ, ਕਿੰਨੇ ਕੁ ਵਧੀਆ ਬਣਦੇ ਆ, ਸਵਾਦ ਬਣਦੇ ਆ। ਠੀਕ ਹੈ ਜੀ, ਹੁਣ ਆਪਾਂ ਚੱਲਦੇ ਹਾਂ। ਕਿੰਨੀ ਲੈ ਕੇ ਆਉਣੀ ਲੱਸੀ? 20 ਰੁਪਏ ਦੀ ਬਹੁਤ ਹੈ, ਕਿਲੋ ਆਜੂਗੀ। ਚੱਲ ਆਉਂਦਾ ਮੈਂ। ਚਲੋ ਜੀ ਚੱਲਦੇ ਹਾਂ ਆਪਾਂ ਹੁਣ ਲੱਸੀ ਲੈਣ। ਹੈ ਕੜੀ ਵਾਲੀ ਲੈ ਕੇ ਆਊਂਗਾ ਮੈਂ, ਮੈਂ ਉਹ ਤੋਂ ਲੈ ਕੇ ਆਊਂਗਾ, ਮੈਂ ਨੱਥੂ ਤੋਂ ਜਾਊਂਗਾ। ਰਾਜ ਡੈਰੀ ਤੇ ਨਹੀਂ ਜਾਂਦੀ, ਆਪਾਂ ਜਾਵਾਂਗੇ ਨੱਥੂ ਡੈਰੀ ਤੇ, ਆਪਣੇ ਨੇੜੇ ਰਹਿ ਜਾਂਦੀ ਹੈ ਗਾਇਸ ਡੈਰੀ, ਨੱਥੂ ਦੀ ਡੈਰੀ ਬਹੁਤ ਪੁਰਾਣੀ ਡੈਰੀ ਹੈ, ਛੋਟੇ ਉਹਨੇ ਦੱਸਦੇ ਹੁੰਦੇ ਆ ਇੱਥੇ, ਤੇ ਇਹਨਾਂ ਦਾ ਸਮਾਨ ਵੀ ਵਧੀਆ ਹੁੰਦਾ, ਅੱਛਾ ਹੁੰਦਾ। ਆ ਗਈ ਡੈਰੀ ਆਪਣੀ, ਤੋਂ ਆਪਾਂ ਲੈਂਦੇ ਹਾਂ ਲੱਸੀ, ਸਹੀ ਨਹੀਂ ਕੋਈ ਕਮਾਲ ਹੋ ਗਈ। ਨਮਸਕਾਰ ਅੰਕਲ ਜੀ, ਲੱਸੀ ਦਿਓ ਕੜੀ ਵਾਲੀ, 20 ਰੁਪਏ ਦੇ ਦਿਓ ਜੀ। ਉਹ ਅੰਕਲ ਪਾ ਰਿਹਾ ਕੜੀ ਵਾਲੀ ਲੱਸੀ, ਸ਼ੌਪ ਹੈ, ਕਾਜੂ ਬਦਾਮ ਪਿਆ ਸਾਹਮਣੇ। ਇੱਕ ਫਰਮਾਇਸ਼ ਹੋਰ ਆ ਗਈ ਰਾਖੀ ਦੀ, ਹੁਣ ਲਸਣ ਵੀ ਲੈ ਕੇ ਜਾਣਾ ਜਾਂਦੇ ਪਏ, ਲਸਣ ਲਵਾਂਗੇ। ਸੰਜੇ ਵੀਰ ਲਸਣ ਕੀ ਰੇਟ ਹੈ? 80 ਰੁਪਏ ਪਾਈ ਆ, ਬੜਾ ਮਹਿੰਗਾ ਹੋ ਗਿਆ ਯਾਰ। ਕਿਹੀ ਰੇਟ ਚੱਲਦਾ ਹੁੰਦਾ ਮੈਨੂੰ ਤਾਂ ਪਤਾ ਵੀ ਨਹੀਂ, ਇਹੀ ਰੇਟ ਚੱਲਦਾ। ਠੀਕ ਹੈ, 320 ਮੇਰੇ ਪਾਸ ਹੈ, ਬਾਕੀ ਸਾਰੇ 300-400 ਦਾ ਹੈ। ਅੱਛਾ, ਚਲੋ ਭਾਈ, ਬਣਨ ਲੱਗ ਗਈ ਜੀ ਕੜੀ ਆਪਣੀ, ਤੇ ਉਹ ਆਪਾਂ ਬ੍ਰੈਡ ਵੀ ਲਿਆਂਦੇ ਸੀ ਯਾਰ, ਹਨਾ। ਚਲੋ ਬਣਾਓ ਫਿਰ ਕੜੀ। ਰੱਖੀ ਕਿੰਨਾ ਟਾਈਮ ਲੈ ਜੂ ਕੜੀ ਹੋਏ ਹੁਣ? ਘੰਟਾ। ਇੱਕ ਘੰਟਾ, ਯਾਨੀ ਕਿ 1 ਵਜੇ ਤੱਕ ਬਣ ਜੂਗੀ? ਠੀਕ ਹੈ, ਬਣਾਓ ਬਣਾਓ। ਗਾਈਸ ਕੜੀ ਆਲਮੋਸਟ ਬਸ ਬਣ ਚੁੱਕੀ ਹੈ, ਅਤੇ ਨਾਲ ਨਿਕਲ ਰਿਹਾ ਹੁਣ ਦੇਖੋ ਜੀ ਬ੍ਰੈਡ ਪਕੌੜਾ, ਕਿਉਂਕਿ ਬ੍ਰੈਡ ਆਪਾਂ ਲੈ ਕੇ ਆਉਂਦੇ ਸੀਗੇ ਕੱਲ੍ਹ ਡੀਮਾਰਟ ਦੇ ਵਿੱਚੋਂ। ਰਾਖੀ ਕਹਿੰਦੀ ਚਲੋ ਅਜੇ ਫਿਰ ਬ੍ਰੈਡ ਪਕੌੜੇ ਕੱਢ ਲੈਂਦੇ ਹਾਂ, ਨਹੀਂ ਵੈਸੇ ਤਾਂ ਅਸੀਂ ਗਾਈਸ ਯੂਜ਼ਲੀ ਨਾ ਇਹਦੇ ਵਿੱਚ ਆਲੂ ਫਿੱਲ ਕਰਕੇ ਫਿਰ ਬਣਾਉਂਦੇ ਹੁੰਦੇ ਹਾਂ ਅੱਜ, ਪਰ ਫਿਰ ਰਾਖੀ ਨੇ ਸਿੱਧਾ ਹੀ ਕੱਢਦੇ, ਕਹਿੰਦੇ ਸਿੱਧਾ ਹੀ ਬਣਾ ਲੈਂਦੇ, ਇਹ ਵੀ ਸਵਾਦ ਬਣਦੇ ਆ। ਹਾਂ, ਸੌਖਾ ਕੰਮ ਕਰ ਦਿਉ, ਅਤੇ ਆ ਪਕੌੜੇ ਨਿਕਲ ਗਏ ਕੜੀ ਵਾਸਤੇ, ਕੜੀ ਵਾਸਤੇ ਪਕੌੜੇ ਨਿਕਲ ਗਏ, ਹੁਣ ਅਸੀਂ ਨਾਲ ਫਿਰ ਖਾਵਾਂਗੇ ਬ੍ਰੈਡ, ਬਾਅਦ 'ਚ ਬਣਾਵਾਂਗੇ ਇਹਦੇ ਨਾਲ ਫਿਰ ਚਾਵਲ, ਹਨਾ ਰਾਖੀ? ਬਣਾਓ ਯਾਰ ਮੇਰੇ। ਕਿਵੇਂ ਜੀ ਕਰੀ ਜਾਂਦਾ ਇੱਕੋ ਗਾਲਾ ਮੈਂ। ਗਾਈਸ ਚਾਰ ਚਾਰ ਆਏ ਸੀਗੇ, ਚਾਰ ਮੈਨੂੰ ਆਏ ਸੀ, ਇਹ ਚਾਰ ਰਾਖੀ ਨੇ ਆਪਦੇ ਵਾਸਤੇ ਰੱਖੇ, ਚਲ ਖਾਦਾ ਤਾਂ ਹੈਗਾ ਨਾ, ਚਲ ਖਾਂਦੇ ਕੋਲ ਮੈਂ। ਲੋ ਗਾਈਸ ਹੁਣ ਆਪਾਂ ਚੱਲਦੇ ਹਾਂ ਉੱਧਰ ਵੀਰੇ ਵਾਲੇ ਪਾਸੇ, ਕੜੀ ਦੇ ਆਈਏ, ਭਾਬੀ ਨਾਲ ਮਜ਼ਾਕ ਕਰਾਂਗੇ ਅੱਜ, ਭਾਬੀ ਨੂੰ ਡੋਲੂ ਫੜਾਵਾਂਗੇ, ਕਹਾਂਗੇ ਤੁਸੀਂ ਕੀ ਬਣਾਇਆ ਡੋਲੂ 'ਚ ਪਾਇਓ, ਫਿਰ ਦੇਖਦੇ ਭਾਬੀ ਕਹਿੰਦੇ ਆ। ਠੀਕ ਆ ਗਾਈਸ ਚੱਲਦੇ ਆਪਾਂ, ਲੱਗੇ ਹੋਏ ਆ ਮਿਸਤਰੀ, ਲਾਈ ਜਾਂਦੇ ਟਾਨਾ। ਬ੍ਰਜੇਸ਼ ਨਹੀਂ ਆਇਆ? ਅੱਛਾ, ਸਿਲੰਡਰ ਆਇਆ ਵੀਰੇ। ਭਾਬੀ ਭਾਬੀ ਜੀ ਭਾਬੀ ਸਿਲੰਡਰ ਮੈਂ ਦੇ ਦਿੰਦਾ, ਆ ਤੁਸੀਂ ਇਹਦੇ ਵਿੱਚ ਪਾਓ, ਕੀ ਬਣਾਇਆ ਤੁਸੀਂ ਡੋਲੂ 'ਚ, ਤੁਸੀਂ ਕੀ ਬਣਾਇਆ ਅੱਜ, ਪਾਓ ਫਿਰ ਡੋਲੂ 'ਚ।
चलो मैं लो जी वजन करके सिलेंडर लिता जा रहा है 29 किलो 850 किन्ना होंगे ये 30 किलो होंगे 29 किलो 600 ग्राम 29 किलो फिर बाद है बिच डोलू मैं धो लो मैं क्या मजाक करा गया भाभी नाल अज चल मैं क्या खवा के छे पकौड़े जे उड़ के चावल बनाए नहीं मारी जी ने भुखी मारती सारी हूं शाम नूं 5 बजे एवें दा कुछ खाऊं खाऊं होई जांदा मम्मी हूं अद बचाला है ना रात ना शाम है ब्लॉग देखिया ने गाइस साडा मेले वाला ब्लॉग आ गया ब्लॉग जरूर देखियो यार बहुत सोहना ब्लॉग है चलिए आज का दिन है मेला देख ला चलिए है इधर जाके गए चलिए मम्मी ने गुड़ दिया लंघ नाले मम्मी ने गुड़ खाना सी गज्जे खा रहे तुसी गुड़ खा रहे हो चलिए तैयार ही रहनी तू मम्मी तुम मैं क्या सी ना गई मैं ना मैं मम्मी नु क्या मैं क्या मम्मी मैं क्या इन्हू कह के देख ले मैं कहूँ हाँ चल चलिए वही गल हो गई पता नहीं यार बहुत कुछ चीज़ बहुत भीड़ थी राखी यार नहीं समझ आ रहा हर स्टॉल ने मुझे किन्नी भीड़ थी देख ला मसा मुशक्कत नाल आप अगे जे हुंदे सीगे हर स्टॉल भरी हुई है गल तो मम्मी मम्मी गुड़ा ली चाह वगैरह पकौड़े लिखे होया सी हर स्टॉल ते बड़न लगे मशक्कत करनी पैंदी सी चलो हुण आपां देखी आने ब्लॉग तुसीं भी देखियो जिन्हें नहीं देखा मेरे वीरां ने मेरे भैणां ने जरूर देखियो ब्लॉग ब्लॉग वधिया बणिया होया वीडियो वधिया बणिया होया ਨਾਲੇ ਤੁਹਾਨੂੰ ਪਤਾ ਲੱਗੂਗਾ ਉੱਥੇ ਕੀ ਕੁਛ ਸੀਗਾ ਹਨਾ ਬਠਿੰਡੇ ਮੇਲਾ ਲੱਗਾ ਜੀ ਜਾਗਰੇ ਜਗਨੂਆਂ ਦਾ ਉਹਦੇ ਵਿੱਚ ਕਿੰਨੀ ਕੁ ਪੰਜਾਬੀ ਸੱਭਿਅਤਾ ਸੀਗੀ ਕਿੰਨੀ ਕੁ ਪੰਜਾਬੀ ਆਈਟਮਾਂ ਸੀਗੀਆਂ ਬਟ ਉੱਥੇ ਪੁਸਤਕਾਂ ਵਗੈਰਾ ਜ਼ਿਆਦਾ ਸੀਗੀਆਂ ਬੁੱਕਸ ਵਗੈਰਾ ਬਹੁਤ ਜ਼ਿਆਦਾ ਸੀਗੀਆਂ ਪੰਜਾਬੀ ਦੇ ਵਿੱਚ ਪਬਲੀਕੇਟ ਕੀਤੀਆਂ ਸੋਰੀ ਪੰਜਾਬੀ ਦੇ ਵਿੱਚ ਪਬਲੀਕੇਸ਼ਨ ਕੀਤੀਆਂ ਬੁੱਕਸਾਂ ਬਹੁਤ ਸੀਗੀਆਂ ਜਿਹੜਾ ਕਿਹੜਾ ਵੀ ਦੇਖ ਕੇ ਆਇਆ ਜਾ ਕੇ ਉਹ ਸਾਨੂੰ ਕਮੈਂਟ ਜ਼ਰੂਰ ਕਰੇ ਹਾਂਜੀ ਜਿਹੜਾ ਕੋਈ ਸਾਡੀ ਵੀਡੀਓ ਦੇਖ ਕੇ ਆਇਆ ਜੀ ਉਹਨੂੰ ਬੇਨਤੀ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਕਿਵੇਂ ਲੱਗਿਆ ਮੇਲਾ ਠੀਕ ਹੈ ਜੀ ਵੈਸੇ ਹੁਣ ਅੱਜ ਦਾ ਦਿਨ ਹੀ ਸੀਗਾ ਹੋ ਗਿਆ 4 ਦਸੰਬਰ ਹੈ ਤੇ ਉਹ ਖਤਮ ਹੋ ਜੂਗਾ ਪਰ ਦੇਖੇ ਹੋਣਗੇ ਮੇਰੇ ਵੀਰ ਜਿਹੜੇ ਹੈਗੇ ਨਹੀਂ ਗਏ ਚਲੋ ਅਸੀਂ ਦੇਖ ਰਹੇ ਹਾਂ ਹੁਣ ਹੋਰ ਮੰਮੀ ਲਾਂਬਾ ਦੇ ਜਾਂਦੇ ਮੰਮੀ ਕਹਿੰਦੇ ਸੀ ਮੈਨੂੰ ਲੈ ਕੇ ਨਹੀਂ ਗਏ ਮੇਲੇ ਤੇ ਮੰਮੀ ਕਹਿੰਦੇ ਮੈਂ ਵੀ ਜਾਣਾ ਸੀ ਹੁਣ ਮੇਲਾ ਦੇਖ ਕੇ ਮੰਮੀ ਨੂੰ ਐਂ ਲੱਗਿਆ ਉਦੋਂ ਪੁੱਛਿਆ ਉਦੋਂ ਕਹਿੰਦੇ ਮੈਂ ਜਾਂਦੀ ਨਹੀਂ ਤੁਸੀਂ ਜਾਇਓ ਕਿਉਂਕਿ ਮਾਸੀ ਜੀ ਸੀਗੇ ਆਏ ਵੇ ਕਹਿੰਦੇ ਭਾਈ ਤੁਸੀਂ ਜਾਇਓ ਗੱਤਕੇ ਦਾ ਡੱਬਾ ਖਾਲੀ ਕਰਤਾ ਦੇਖੋ ਮੰਮੀ ਨੇ ਖਾਤਾ ਦੇ ਹਾਂ ਥੋੜ੍ਹੀ ਸੀਗੀ ਗਾਈ ਗੱਚਕ ਇੰਨੀ ਕੀ ਸੀਗੀ ਅੱਧੀ ਚਲੋ ਮੈਂ ਵੀ ਖਾਵਾਂ ਥੋੜ੍ਹੀ ਜਿਹੀ ਗੱਚਕ ਗਈ ਟਾਈਮ ਹੋ ਗਿਆ ਆਪਣਾ ਜੀ ਹੁਣ 6:30 ਹੋ ਗਏ ਅਤੇ ਸਿੱਪੂ ਆ ਰਿਹਾ ਮੇਰੇ ਕੋਲ ਹੁਣ ਥੋੜ੍ਹਾ ਜਿਹਾ ਬਾਜ਼ਾਰ ਜਾ ਕੇ ਆਉਣਾ ਬਾਜ਼ਾਰ ਦੇ ਕੰਮ ਹੈ ਅਤੇ ਬਾਜ਼ਾਰ ਦਾ ਰੌਣਕ ਮੇਲਾ ਦਿਖਾਉਂਦੇ ਹਾਂ ਤੁਹਾਨੂੰ ਵੀ ਅੱਜ ਕਿਆ ਰੌਣਕਾਂ ਲੱਗੀਆਂ ਵੀ ਆ ਬਾਜ਼ਾਰ 'ਚ ਬਾਜ਼ਾਰ 'ਚ ਤਾਂ ਕਿਹੜਾ ਆਪਦੇ ਏਰੀਏ 'ਚ ਹੀ ਰਹਿਣਾ ਹੈਗਾ ਚੱਲਦੇ ਹਾਂ ਬਸ ਇੱਥੋਂ ਆਉਂਦਾ ਹੈਗਾ ਕੋਟ ਮੇਰਾ ਪਤਾ ਨਹੀਂ ਕਿੱਥੇ ਗਿਆ ਰੱਖ ਕੇ ਹੋਵੇ ਲੜੀਆਂ ਵੀ ਲਾਉਣੀਆਂ ਯਾਰ ਕੱਲ੍ਹ ਨੂੰ ਲਾਈਏ ਲੜੀਆਂ ਸਵੇਰੇ ਹੀ ਲਾ ਦਾਂ ਕੱਲ੍ਹ ਨੂੰ ਲੜੀਆਂ उधर आ रहे थे परले पासों आने परले पासों आते हुए पत्थर रखे हुए कुड़ी गड्डी बिठाई बैठी है
ਪੱਥਰ ਦੇ ਹਾਂ ਵਿਚਾਲੇ ਇੱਧਰ ਖਾਂਦੇ ਲੋਕ ਜਾਰੇ ਪੱਥਰ ਭਰੇ ਕਰਨ ਤੇ ਕਿਹਦੀ ਗੱਡੀ ਨਿਕਲਦੇ ਔਰ ਸਾਹਮਣੇ ਲਿਖਿਆ ਹੋਇਆ ਫਿਰ ਵੀ ਇਹ ਲੋਕ ਪਤਾ ਨਹੀਂ ਕੀ ਕਰਦੇ ਰਹਿੰਦੇ ਯਾਰ ਹਣਾ ਕੱਲ ਭੀੜ ਇੰਨੀ ਸੀ ਨਹੀਂ ਮੈਂ ਵੀਡੀਓ ਬਣਾ ਲੈਂਦਾ ਉਹਦੀ ਪਰ ਬਾਲੀ ਭੀੜ ਦੇ ਪਿੱਛੇ ਹੀ ਉਹ ਟ੍ਰੈਫਿਕ ਦੇ ਨਿਕਲਣਾ ਪਿਆ ਫਿਰ ਹੁਣ ਖਾਲੀ ਹੈ ਨਾ ਵਧੀਆ ਪਹੁੰਚਦਾ ਟਾਈਮ ਸਿਰ दो साल ही कम रहना गा जिन्ना चिर पुल नहीं बनता दो साल अभी खुजा खुआरी लोग लड़ते रहने एक दूजे तो भाई तू तोर ला भाई तू तोर ला ही करी जाएंगे हम बस चलो आप पहुंचने घरे गाइस करे आ गए आप विष्णु जी आ गए इधर उस्ताद जी और विष्णु क्या करता किन्ने बंदे मारते ओले जीरो फिलहाल बंदे ही नहीं दिखे कोई हैं ओले बंदे ही नहीं दिखे कोई अच्छा आ कौन बोली जांदा ए दोस्त मेरा की नाम है आर्यन अच्छा आया सी भाभी इधर भाभी कदों आएंगे टाइम तो हो गया 7:50 हो गए गाइस अलग अलग फरमाइशा हो गई मैं क्या यार मैं रोटी खाऊंगा राखी ने चावल तरते राखी ने चावल तरते बिना जीरे को तड़का लाया क्योंकि मम्मी कहते भाई मैं जीरे को तड़का लाया चावल नहीं खाने मैं पहला क्या सवेरे चावल तर ला पकौड़े पकौड़े खा के गई की होया ढिड भर गया भुख जी मर गई शाम भुख जी लगी शाम कहती जी मैं रोटी बना के लिया दिंदी मैं रोटी लिया दे भाई शाम एक रोटी खा ली कड़ी नाल ते हुण इह कहिंदी मैं चावल धरते मैं हुण मैं रोटी खाऊंगा हुण इहने चावल धरते कहिंदी मैं चावल खाऊंगी तुसीं रोटी खाओगे मम्मी कहिंदे मैं दाल ते दलिया खाऊंगी तिन्ने परमेशर अलग अलग हो गईआं नहीं जन्म तां बुगू ऐ नहीं पता अपने हुण किन्नवां जन्म है पहला है पंजवां है छेवां है सतवां है देखो जी ਜਿਵੇਂ ਮੰਤਰੀ ਕਹਿ ਦਿੰਦੇ ਆ ਇਹ ਚੀਜ਼ ਚਾਹੀਦੀ ਹੈ ਉਹ ਚੀਜ਼ ਨਹੀਂ ਹੁੰਦੀ ਹੁੰਦੀ ਠੀਕ ਹੈ ਉਵੇਂ ਸਾਡਾ ਹਿਸਾਬ ਤਾਬ ਹੈ ਇਸ ਘਰ ਦੇ ਵਿੱਚ ਮੰਤਰੀ ਮੈਂ ਹਾਂ ਠੀਕ ਹੈ ਮੈਂ ਆਪਦੇ ਵਰਡ ਕਹਿ ਦਿੰਦਾ ਅਤੇ ਫਿਰ ਮੁੱਕਰਨਾ ਵੀ ਮੈਂ ਹੀ ਹਾਂ ਹੋਰ ਕਿਹਨੇ ਮੁੱਕਰਨਾ ਗੱਲ ਤਾਂ ਮੰਮੀ ਨਾ ਮੈਂ ਚਾਵਲ ਨਹੀਂ ਮੈਂ ਕੋਈ ਨਹੀਂ ਮੈਂ ਆਪਦੀ ਰੋਟੀ ਆਪੇ ਬਣਾਊਂਗਾ ਯਾਰ ਮੈਂ ਨਾ ਕਰਾਰੀ ਹੀ ਬਣਾਉਣੀ ਬਣਾਉਣੀ ਆਪਦੇ ਹਿਸਾਬ ਨਾਲ ਮੇਰਾ ਪਤਾ ਨਹੀਂ ਕਰਾਰਾ ਖਾਣ ਜੀ ਕਰੀ ਜਾਂਦਾ ਅਤੇ ਮੈਂ ਬਾਹਰ ਪੈਸੇ ਲਾਉਣੇ ਨਹੀਂ ਮੈਂ ਬਾਹਰ ਦਾ ਨਹੀਂ ਖਾਣਾ ਮੈਂ ਘਰ ਦਾ ਹੀ ਖਾਣਾ ਕੁਛ ਕਰਾਰਾ ਆ मैं आप ही आप बना लू टेंशन आ रहा चावलों के मिर्चा नहीं पा के दें चावल मिर्चा नहीं पानी मैं रोटी च मिर्चा पा लूंगा आपे मैं नहीं मैं हरी मिर्च पा के एक बढ़िया जहा परौंठा बनाऊंगा घेंट जहा करारा जहा तू कोई गल नहीं तू चावल चूवल बना ला मम्मी दे सारा कुछ फ्री हो गया ना फिर मैं आपका आप रसोई च बढ़ दूंगा ठीक है तू घबरा ना मैं तेनू नहीं कहता सॉरी कुछ भी तू चावल खा आप दे गाइस मेरे वास्ते परौंठी बना रही है राखी कहिंदी तुसीं कित्थे बनाओगे मैं बना के लिया दिंदी हां ते बहुत प्यार करदी है मैनू ये कुकड़ी पुकड़ी मेरी हाँ करारी जी बना दी जीरा जमैन कढ के दियो जीरा जमैन जमैन तो आप ही है जीरा हैगा जीरा हैगा चलो बना दी पर ये उपर ना थोड़ा देसी घ्यो ला दे सो गाइस हुण आपां करदे आं अपना डिनर अज मेरा जी करी रहा सी परौंठी खाण दा की देख रहे हो वैसे एक कार्टून फिल्म है
ਐਲੀਮੈਂਟਲ ਮੈਂ ਦੇਖ ਲਈ ਸੋਹਣੀ ਲੱਗੀ ਹੈ ਕਿ ਮੈਂ ਗੁੱਡੇ ਹੀ ਪਏ ਨੇ ਪੂਰੇ ਉਹਦੇ ਚ ਵਧੀਆ ਫਿਲਮ ਹੈ ਯਾਰ ਕਦੇ ਜਾ ਦੇਖਣੀ ਚਾਹੀਦੀ ਬੋਰ ਕਰੀ ਜਾਂਦੇ ਹੋ ਸਾਨੂੰ ਬਿਠਾ ਕੇ ਆਹੋ ਬੋਰ ਕੋਈ ਨਹੀਂ ਵਧੀਆ ਅੱਗ ਦੇ ਪਾਣੀ ਕੋਈ ਮੈਂ ਕੜੀ ਚਾਵਲ ਖਾਣ ਲੱਗੀ ਆ ਦੇਖ ਲਓ ਮੇਰੇ ਵਾਰੀ ਹੁਣ ਮੈਨੂੰ ਬੋਰ ਕਰਨ ਲੱਗੇ ਪਾਣੀ ਨੂੰ ਮੇਰਾ ਪਿਆਰ ਹੋ ਗਿਆ ਦੇਖ ਉਹ ਦੇਖੋ ਕਿਆ ਬਾਤ ਹੈ ਵਧੀਆ ਫਿਲਮ ਹੈ ਕਿਆ ਬਾਤ ਹੈ ਕਿਆ ਬਾਤ ਹੈ ਇਹਦੇ ਨਾਲ ਆਪਾਂ ਕਰਦੇ ਹਾਂ ਅੱਜ ਦੇ ਵਲੌਗ ਦਾ ਐਂਡ ਉਮੀਦ ਹੈ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਿਆ ਹੋਊਗਾ ਗਾਈਜ਼ ਜੇ ਵਧੀਆ ਲੱਗਿਆ ਵਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਸਬਸਕ੍ਰਾਈਬ ਕਰ ਦਿਓ ਬਾਏ ਗੁੱਡ ਨਾਈਟ ਟੇਕ ਕੇਅਰ ਜੈ ਹਿੰਦ।